ਆਉਂਦਾ ਹੈ। ਮਸੀਹੀ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਕੀ ਆਉਂਦੇ ਨੇ? ਸੀਜ਼ਨ ਆਉਂਦੇ ਨੇ। ਕਦੇ ਕਦਾਈਂ ਰਿਵਾਈਵਲ ਹੁੰਦੀ ਆ, ਕਦੇ ਕਦਾਈਂ ਵਰਸ਼ਿਪ ਹੁੰਦੀ ਆ, ਕਦੇ ਕਦਾਈਂ ਡਰਾਈ ਸੀਜ਼ਨ ਆਉਂਦਾ ਹੈ। ਯੂ ਅੰਡਰਸਟੈਂਡ? ਹਮੇਸ਼ਾ ਰਿਵਾਈਵਲ ਨਹੀਂ ਰਹਿੰਦੀ ਤੇ ਹਮੇਸ਼ਾ ਗਵਾਹੀਆਂ ਨਹੀਂ ਰਹਿੰਦੀਆਂ। ਇੱਕ ਟਾਈਮ ਆਉਂਦਾ ਹੈ ਜਦੋਂ ਡਰਾਈ ਸੀਜ਼ਨ ਹੁੰਦਾ ਹੈ, ਸੋਕਾ ਆ ਜਾਂਦਾ ਹੈ, ਨਿਰਾਸ਼ਾ ਆ ਜਾਂਦੀ ਹੈ, ਦੁੱਖ ਆ ਜਾਂਦਾ ਹੈ, ਮੁਸੀਬਤ ਆ ਜਾਂਦੀ ਹੈ, ਪਰ ਉਸ ਦੇ ਵਿੱਚ ਖੁਦਾ ਨਾਲ ਹੁੰਦਾ ਹੈ। ਉਹ ਲੱਗਦਾ ਨਹੀਂ ਹੈ ਪਰ ਉਹ ਉੱਥੇ ਹੁੰਦਾ ਹੈ। ਫੀਲ ਨਹੀਂ ਹੁੰਦਾ ਪਰ ਫੀਲਿੰਗ ਦੇ ਮੁਤਾਬਕ ਨਹੀਂ ਜਾਣਾ। ਖੁਦਾ ਤੇ ਖੁਦਾਈ ਫੀਲਿੰਗ ਦੇ ਉੱਤੇ ਨਿਰਭਰ ਨਹੀਂ, ਯਿਸੂ ਮਸੀਹ ਦੀ ਮਸੀਹਤ ਦੇ ਉੱਤੇ, ਉਹਦੀ ਵਿਅਕਤੀਤਵ ਦੇ ਉੱਤੇ। Christianity is not based on feeling, it's based on faith in Jesus Christ. Amen. They were not feeling Christ anymore. They were not feeling good about it. Christ was right there. He was listening, he was watching, he was never leaving them. He was there. Khudaan feel nahi karde doesn't mean ko hai nahi. Ehsaas nahi ho raha eda matlab nahi ki putra atma chhad gaya. Khudaan sanu kade nahi chhadda. Kade kade feeling ghat ho jandiyan ne. ਫੀਲਿੰਗ ਦੇ ਮੁਤਾਬਕ ਨਹੀਂ ਚੱਲਣਾ। ਕਈ ਵਾਰ ਪਵਿੱਤਰ ਆਤਮਾ ਪਾਇਆ ਹੁੰਦਾ ਵਾ, ਅਸੀਂ ਫੀਲ ਕਰਨਾ ਘੱਟ ਜਾਂਦੇ ਹਾਂ, ਪਰ ਇਹਦਾ ਮਤਲਬ ਨਹੀਂ ਕਿ ਪਵਿੱਤਰ ਆਤਮਾ ਤੁਹਾਨੂੰ ਛੱਡ ਗਿਆ, ਕਿਉਂਕਿ ਉਹ ਵਾਅਦਾ ਉਹਦਾ ਨਾ ਕਦੇ ਛੱਡੇਗਾ ਤੇ ਨਾ ਕਦੇ ਜਾਣੇਗਾ। ਉਹ ਤੁਹਾਡੇ ਨਾਲ ਹੈ ਤੇ ਹਮੇਸ਼ਾ ਨਾਲ ਰਹਿਣ ਲਈ ਬੁਲਾਇਆ ਗਿਆ। ਹਾਲੇਲੂਇਆ। ਐਂਡ ਉਸ ਦਿਨ ਕੀ ਹੋਇਆ? ਦਰਵਾਜ਼ੇ ਬੰਦ ਨੇ, ਸਨਾਟਾ ਛਾਇਆ ਤੇ ਪੜੋ ਬ੍ਰਦਰ ਉਸ ਆਏ ਤੇ। ਹਾਂਜੀ ਜੀ ਹਾਂ, ਨਿਰਾਸ਼ਾ ਦੇ ਵਿੱਚ, ਮਾਯੂਸੀਆਂ ਦੇ ਵਿੱਚ, ਦੁੱਖ ਦੇ ਵਿੱਚ, ਮੁਸੀਬਤ ਦੇ ਵਿੱਚ ਖੁਦਾਵੰਦ ਜਦੋਂ ਅਸੀਂ ਸੋਚਿਆ ਵੀ ਨਹੀਂ ਹੋਏਗਾ, ਉਹ ਇੱਦਾਂ ਸਾਡੇ ਜ਼ਾਹਿਰ ਹੋ ਜਾਂਦਾ। ਆਮੀਨ। ਜਦੋਂ ਤੁਹਾਨੂੰ ਲੱਗ ਰਿਹਾ ਕਿ ਕ੍ਰਿਸਚੀਅਨਿਟੀ ਹੁਣ ਨੋ ਮੋਰ ਐਕਸਪੀਰੀਅੰਸ ਨਹੀਂ ਰਹਿ ਗਿਆ, ਇਹ ਸਿਰਫ ਰੀਤਾਂ ਰਵਾਇਤਾਂ ਰਹਿ ਗਈਆਂ, ਜਦੋਂ ਤੁਸੀਂ ਉਮੀਦ ਲਗਾਏ ਬੈਠੇ ਰਹਿੰਦੇ ਹੋ, ਖੁਦਾਵੰਦ ਉਸ ਸਮੇਂ ਆ ਕੇ ਆਪਣਾ ਅਹਿਸਾਸ ਤੁਹਾਨੂੰ ਦਿੰਦਾ ਹੈ। ਆ ਕੇ ਸਾਨੂੰ ਥਪਥਪੀ ਦਿੰਦਾ, ਕਹਿੰਦਾ ਪੁੱਤਰ ਮੈਂ ਤੈਨੂੰ ਛੱਡਿਆ ਨਹੀਂ ਹੈ, ਮੈਂ ਤੇਰੇ ਨਾਲ ਹੈ। ਤੇ ਗੀਤ ਕਹਿੰਦੇ ਯਹੋਵਾ ਮੇਰੇ ਨਾਲ ਨਾਲ ਹੈ। ਗੁਜ਼ਰਦੇ ਹਾਂ, ਅਸੀਂ ਗੁਜ਼ਰਾਂਗੇ, ਪਰ ਖੁਦਾ ਕਿਸੇ ਵੀ ਸੀਜ਼ਨ 'ਚ ਸਾਨੂੰ ਛੱਡੇਗਾ ਨਹੀਂ। ਹਾਲੇਲੂਇਆ। ਜੱਜ ਨਹੀਂ ਕਰਨਾ। ਕੋਈ ਡਰਾਈ ਸੀਜ਼ਨ 'ਚ ਜਾ ਰਹੇ ਤੇ ਤੁਸੀਂ ਰਿਵਾਈਵਲ 'ਚ ਜਾ ਰਹੇ ਤੇ ਇਹ ਨਾ ਸੋਚੋ ਇਹਨੂੰ ਤਾਂ ਪਤਾ ਨਹੀਂ ਆਉਂਦਾ ਹੀ ਨਹੀਂ ਰੂਪ, ਪਤਾ ਨਹੀਂ ਸਾਰਿਆਂ ਨੂੰ ਛੂ ਜਾਂਦਾ, ਇਹ ਭੈਣ ਨੂੰ ਤਾਂ ਛੂੰਦਾ ਹੀ ਨਹੀਂ, ਇਹ ਭਾਈ ਨੂੰ ਛੂੰਦਾ ਨਹੀਂ। ਮੇਬੀ ਦੇ ਗੋਇੰਗ ਟੂ ਡਿਫਰੈਂਟ ਸੀਜ਼ਨ, ਮੇਬੀ ਗੋ ਦੇ ਗੋਇੰਗ ਟੂ ਸਮ ਡਿਫਰੈਂਟ ਸਟਫ। ਡੋਂਟ ਯੂ ਜੱਜ ਐਨੀਬਾਡੀ ਬਿਕਾਜ਼ ਗਾਡ ਇਜ਼ ਲੁਕਿੰਗ ਐਟ ਦੇਅਰ ਹਾਰਟਸ। ਹੀ ਵਿਲ